ਜਿੱਥੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘੋੜਾ ਨਹੀਂ ਲੰਘਿਆ ਸੀਗਾ ਤੰਬਾਕੂ ਦੇ ਖੇਤਾਂ ਵਿੱਚੋਂ। ਇਹ ਇੱਕ ਦੱਲਾ ਬੰਦਾ, ਇਹਨੂੰ ਆਪਾਂ ਗ੍ਰੰਥੀ ਸਿੰਘ ਨਹੀਂ ਕਹਿ ਸਕਦੇ, ਨਾ ਇਹਨੂੰ ਪਾਠੀ ਸਿੰਘ ਕਹਿ ਸਕਦੇ ਹਾਂ। ਇਹ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਾਲੇ ਅਖੰਡ ਪਾਠ ਸਾਹਿਬ ਦੀ ਡਿਊਟੀ ਲਾ ਰਿਹਾ ਅਤੇ ਨਾਲੇ ਥੱਲੇ ਬਹਿ ਕੇ ਤੰਬਾਕੂ ਮਾਰ ਰਿਹਾ। ਇਹ ਦੱਸੋ ਵੀ ਇਹ ਵੀਡੀਓ ਕਿੱਥੇ ਦੀ ਆ? ਵੱਧ ਤੋਂ ਵੱਧ ਜਿਹੜੀ ਇਹ ਵੀਡੀਓ ਸਾਡੀ ਸ਼ੇਅਰ ਕਰੋ ਤਾਂ ਜੋ ਇਹ ਪਤਾ ਲੱਗ ਸਕੇ ਵੀ ਇਹ ਵੀਡੀਓ ਕਿੱਥੇ ਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇੱਕ ਵੀਡੀਓ ਜਿਹੜੀ ਤੁਸੀਂ ਆ ਨਾਲ ਦੇਖ ਰਹੇ ਹੋ, ਇਹ ਵੀਡੀਓ ਬਹੁਤ ਤੇਜ਼ੀ ਨਾਲ ਜਿਹੜੀ ਵਾਇਰਲ ਹੋ ਰਹੀ ਆ ਅਤੇ ਇੱਕ ਨਿਹੰਗ ਸਿੰਘ ਬਾਣੇ 'ਚ ਜਿਹਨੇ ਬਾਣਾ ਪਾਇਆ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਅੱਗੇ ਅਖੰਡ ਪਾਠ ਸਾਹਿਬ ਚੱਲਦਾ ਪਿਆ ਆ ਅਤੇ ਥੱਲੇ ਜਿਹੜਾ ਆਪਾਂ ਨਾਂ ਨਹੀਂ ਲੈ ਸਕਦੇ, ਜਿਹਨੂੰ ਕਰਿਆ ਸਭ ਤੋਂ ਜ਼ਿਆਦਾ ਬੱਜਰ ਕਰਿਆ ਗਿਣਿਆ ਜਾਂਦਾ ਸਿੱਖ ਧਰਮ 'ਚ, ਜਿੱਥੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘੋੜਾ ਨਹੀਂ ਲੰਘਿਆ ਸੀਗਾ ਤੰਬਾਕੂ ਦੇ ਖੇਤਾਂ ਵਿੱਚੋਂ। ਇਹ ਇੱਕ ਦੱਲਾ ਬੰਦਾ, ਇਹਨੂੰ ਆਪਾਂ ਗ੍ਰੰਥੀ ਸਿੰਘ ਨਹੀਂ ਕਹਿ ਸਕਦੇ, ਨਾ ਇਹਨੂੰ ਪਾਠੀ ਸਿੰਘ ਕਹਿ ਸਕਦੇ ਹਾਂ। ਇਹ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਾਲੇ ਅਖੰਡ ਪਾਠ ਸਾਹਿਬ ਦੀ ਡਿਊਟੀ ਲਾ ਰਿਹਾ ਅਤੇ ਨਾਲੇ ਥੱਲੇ ਬਹਿ ਕੇ ਤੰਬਾਕੂ ਮਾਰ ਰਿਹਾ। ਸੰਗਤ ਜੀ, ਇਹ ਜਿਹੜੀ ਵੀਡੀਓ ਆ ਇਹਦਾ ਕੁਛ ਪਤਾ ਨਹੀਂ ਲੱਗਣ ਦਿਆ, ਇਹ ਵੀਡੀਓ ਤਾਂ ਪਾ ਰਹੇ ਹਾਂ। ਸੰਗਤ ਜੀ, ਇਹਦਾ ਜ਼ਰੂਰ ਇਹ ਦੱਸੋ ਵੀ ਇਹ ਵੀਡੀਓ ਕਿੱਥੇ ਦੀ ਆ? ਵੱਧ ਤੋਂ ਵੱਧ ਜਿਹੜੀ ਇਹ ਵੀਡੀਓ ਸਾਡੀ ਸ਼ੇਅਰ ਕਰੋ ਤਾਂ ਜੋ ਇਹ ਪਤਾ ਲੱਗ ਸਕੇ ਵੀ ਇਹ ਵੀਡੀਓ ਕਿੱਥੇ ਦੀ ਆ। ਇਹਨੂੰ ਜਿਹੜਾ ਹੈਗਾ ਇਹਦਾ ਸੋਧਾ ਲੱਗਣਾ ਚਾਹੀਦਾ, ਇਹਦੇ ਦਾ ਇਹਦੀ ਬਣਦੀ ਜਿਹੜੀ ਕਾਨੂੰਨੀ ਉਹ ਵੀ ਸਜ਼ਾ ਵੀ ਇਹਨੂੰ ਮਿਲਣੀ ਚਾਹੀਦੀ ਆ। ਸੰਗਤ ਜੀ, ਜ਼ਰੂਰ ਦੱਸਣਾ ਜੋ ਇਹਦਾ ਸੋਧਾ ਲਾ ਸਕੀਏ ਇਹਦੇ 'ਤੇ। ਅਤੇ ਸੰਗਤ ਜੀ, ਬਿਲਕੁਲ ਜਿਹੜਾ ਇੱਦਾਂ ਦੀਆਂ ਜਿਹੜੀਆਂ ਵੀਡੀਓ ਆ, ਚਲੋ ਸਾਨੂੰ ਮਜਬੂਰੀ ਕਿਸੇ ਵੇਲੇ ਪੈ ਜਾਂਦੀ ਆ ਵੀ ਸਾਨੂੰ ਵੀਡੀਓ ਪਾਉਣੀ ਪੈਂਦੀ ਆ, ਪਰ ਤੁਸੀਂ ਜਿਹੜੀ ਵੀਡੀਓ ਸਾਡੀ ਸਿੱਖ ਕੌਮ ਦੇ ਖਿਲਾਫ਼, ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਬ ਜਿਹੜਾ ਜ਼ਿਆਦਾ ਪ੍ਰਚਾਰ, ਜਿਹੜਾ ਮਾੜਾ ਪ੍ਰਚਾਰ ਹੋ ਰਿਹਾ, ਉਹ ਜਿਹੜੀ ਵੀਡੀਓ ਤੁਸੀਂ ਨਾ ਪਾਇਆ ਕਰੋ, ਕਿਉਂਕਿ ਇਹ ਸਾਰੀ ਖਾਲਸੇ ਪੰਥ ਦੀ ਔਰ ਸਾਰੇ ਜਗਤ ਵਿੱਚ ਸਿੱਖ ਕੌਮ ਦੀ ਜਿਹੜੀ ਆ ਉਹ ਬਦਨਾਮੀ ਆ, ਸਿਰ ਨੀਵਾਂ ਹੋ ਰਿਹਾ ਆ। ਸੰਗਤ ਜੀ, ਸਾਨੂੰ ਮਜਬੂਰੀ ਆ ਜੀ ਵੀਡੀਓ ਪਾਉਣ ਨੂੰ, ਪਰ ਜਿਹੜੇ ਆਮ ਹੀ ਵੀਡੀਓ ਪਾਈ ਜਾਂਦੇ ਆਪਣੇ ਆਪਣੇ ਪੇਜਾਂ 'ਤੇ, ਉਹ ਥੋੜ੍ਹਾ ਖਿਆਲ ਰੱਖੋ, ਵੀਡੀਓ ਨਾ ਪਾਵੋ। ਇਹ ਜਿਹੜੀ ਵੀਡੀਓ ਤਾਂ ਆਪਾਂ ਪਾ ਲੱਗੇ ਹਾਂ ਵੀ ਸਾਨੂੰ ਹੁਣ ਵੀਡੀਓ ਤਾਂ ਵਾਇਰਲ ਹੋ ਗਈ ਆ, ਹੁਣ ਜਿਹੜੀ ਬੇਨਤੀ ਆ ਸਾਡੀ ਸਾਰਿਆਂ ਨੂੰ, ਇਹ ਵੀਡੀਓ ਹਰੇਕ ਬੰਦਾ ਦੇਖਣ ਦਿਆ ਔਰ ਦੇਖੇ ਵੀਡੀਓ, ਕਿਤੇ ਵੀ ਪਤਾ ਲੱਗਦਾ ਸਾਡਾ ਉੱਪਰ ਫੋਨ ਨੰਬਰ ਆ, ਸਾਨੂੰ ਜ਼ਰੂਰ ਦੱਸਣਾ, ਕਿਉਂਕਿ ਇੱਦਾਂ ਦੇ ਮਸੰਦ ਬੰਦੇ ਸਿੱਖ ਕੌਮ 'ਤੇ ਉੱਤੇ ਕਲੰਕ ਆ। ਗੁਰੂ ਸਾਹਿਬ ਜਿਹਾ ਨੂੰ, ਇਹਨਾਂ ਨੂੰ ਮਸੰਦਾਂ ਨੂੰ, ਇਹਨਾਂ ਨੂੰ ਕੜਾਹੇ ਵਿੱਚ ਪਾ ਕੇ ਸਾੜਿਆ ਹੀ ਕਿ ਉਹੀ ਮਸੰਦ ਆ ਜਿਹੜੇ ਅੱਜ ਕੌਮ ਦੀ, ਗ੍ਰੰਥ ਦੀ, ਪੰਥ ਦੀ ਜਿਹੜੀ ਹੈਗੀ ਆ ਬੇਇੱਜ਼ਤੀ ਕਰਾ ਰਹੇ ਆ। ਸੋ ਸੰਗਤ ਜੀ, ਇੱਕ ਵਾਰੀ ਫਿਰ ਬੇਨਤੀ ਆ ਕਿ ਇਹ ਵੀਡੀਓ ਦਾ ਕਿਸੇ ਨੂੰ ਪਤਾ ਨਹੀਂ, ਸਾਨੂੰ ਜ਼ਰੂਰ ਦੱਸਿਆ ਜਾਵੇ ਤਾਂ ਜੋ ਇਹਨਾਂ ਨੂੰ ਬਣਦੀ ਕਾਰਵਾਈ 'ਤੇ ਕੀਤੀ ਜਾਵੇ। ਸੰਗਤ ਜੀ, ਜ਼ਰੂਰ ਦੱਸਣਾ, ਸਾਡਾ ਨੰਬਰ ਉੱਤੇ ਹੈਗਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।